ਤਕਰੀਬਨ 10-15 ਫੁੱਟ ਦਾ, ਤਿੰਨੀ ਕੁ ਜਗ੍ਹਾ ਹੈ, 30-35 ਫੁੱਟ, 30 ਫੁੱਟ, 35 ਫੁੱਟ ਇੰਝ ਕਰਕੇ ਜਿਹਨੇ ਬੰਨੀ ਲਾਮ ਅਤੇ ਠੀਕ ਨੇ ਉਹ ਸਾਕਟ ਜਿਹੜਾ, 2-3 ਜਿਹੜਾ ਮੈਨੂੰ ਹੋਰ ਲੈਣੇ ਪੈਣੇ ਨੇ ਮਜ਼ੀਦ ਇਹਦੇ ਨਾਲ ਦੇ ਜਿਹੜੇ ਵਾਲੇ ਜੋੜ ਲਾਉਣ ਵਾਲੇ ਜਿਹੜੇ ਸਾਕਟ ਨਾਲ ਦੇ ਨਾਲ ਇੱਟਾਂ ਜਿਹੜੀਆਂ ਸਾਫ਼ ਕਰਕੇ ਵੀ ਲਾਉਣੀਆਂ ਪੈਂਦੀਆਂ, ਗਾਰਾ ਵਗੈਰਾ ਜਿਹਾ ਲੱਗੇ ਹੋਏ ਨਾ। ਕਿਉਂਕਿ ਵੈਸੇ ਜੇ ਆਪਾਂ ਨੇ ਰੇਤ ਰੱਖਣ ਦੀ ਤਾਂ ਹੀ ਕੋਈ ਨੀ, ਸਾਰੀ ਕਚਰੇ ਵਾਲੀ ਹੈ। ਹਾਂਜੀ, ਤੇ ਸਾਡੇ ਵਾਲੀ ਜਿਹੜਾ ਮਾਸ਼ਾਅੱਲਾ ਜਿਹੜਾ ਆ ਗਏ ਨੇ ਮਹਿਮਾਨ, ਔਰ ਜਾਂ ਫਿਰ ਬੈਠੇ ਜਿਹੜਾ ਮੇਰੇ ਕੋਲ ਜਿਹੜਾ ਪਹਿਲੇ ਦੇ ਜਿਹੜਾ ਬੈਠਾ ਹੋਇਆ ਸਿਸਟਰ ਹੋਰ ਜਿਹੜਾ ਹੁਣ ਪਹੁੰਚਣ ਤੋਂ ਗਏ, ਜਿਹੜਾ ਤੁਰ ਕੇ ਜਿਹੜਾ ਫਸਲਾਂ ਨੂੰ ਜਿਹੜਾ ਆਏ ਨੇ, ਤੇ ਬਾਈ ਹੋਰੀ ਜਿਹੜਾ ਆ ਗਏ ਨੇ ਮੋਟਰਸਾਈਕਲ ਤੇ, ਯਾਰ ਅੰਮੀ ਵੀ ਆਈ ਨਾ, ਮੇਰੀ ਅੰਮੀ ਵੀ ਆਈ, ਉਹਨੂੰ ਜਿਹੜਾ ਨੂੰ ਤੇ ਨਾਲ ਦੇ ਸਾਥ ਉਹਨੂੰ ਮਿਲ ਗਿਆ, ਤੇ ਉਹਨੂੰ ਮੈਂ ਪਰਾਂ ਨੂੰ ਸਾਜ ਆ ਸੰਦੀਪ ਨੂੰ ਅੱਜ ਆ ਕੇ ਮੈਂ ਜਾ ਜਰਾ ਦੋੜਾ ਕਿ ਸਾਡੇ ਲੈ ਨਹੀਂ ਆ। ਨਹੀਂ ਨਹੀਂ, ਬੜੀ ਮਿਹਰਬਾਨੀ। ਹਾਂਜੀ, ਬੜੀ ਮਿਹਰਬਾਨੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਦੁਆ ਕਰਨਾ ਮੇਰੇ ਤਮਾਮ ਬੈਂਡ ਵੀਰ ਜਿੱਥੇ ਵੀ ਮੈਂ ਖੁਸ਼ ਹਨ ਬਾਦ ਰਹਿਣ, ਹਮੇਸ਼ਾ ਇਸਲੇ ਮੁਸਕਰਾਉਂਦੇ ਰਹੇ। ਔਰ ਬੇਗਮ ਵੀ ਰੋਟੀਆਂ ਹੁਣ ਬਣਾ ਰਹੀ, ਅੱਜ ਲੇਟ ਹੋ ਗਈ ਆ, ਰੋਟੀਆਂ ਨੂੰ ਜਿਹੜੀਆਂ ਕਾਫੀ ਸਾਰੀ ਇਸ ਕਰਕੇ ਜਿਹੜੀ ਲੇਟ ਹੋ ਗਈ ਆ, ਕਿਉਂਕਿ ਪਹਿਲੇ ਤਾਂ ਜਿਹੜਾ ਅਸੀਂ ਇੱਥੋਂ ਕਿਚਨ ਦੀ ਜਿਹੜੀ ਥੋੜ੍ਹੀ ਬਹੁਤੀ ਜਿਹੜਾ ਸਾਫ਼ ਸਫਾਈ ਕੀਤੀ ਆ, ਤੰਦੂਰ ਜਿਹੜਾ ਇੱਥੋਂ ਇਹ ਹਟਾਇਆ, ਨਜਾਹ ਪਦਮਾ ਕਿੱਥੇ ਬਹਿ ਗਈ ਆ, ਔਰ ਬੇਗਮ ਹੁਣ ਰੋਟੀਆਂ ਬਣਾ ਰਹੀ ਆ। ਇਹ ਸਾਈਡ ਲਿਆ ਜਾ ਮੋਤੀ ਆਓ ਰਾਂ ਜੀ, ਆ ਜਾ ਜਾ ਠੀਕ ਹੈ, ਇਧਰ ਸਾਈਡ ਤੇ ਆ ਜਾ। ਔਰ ਤੰਦੂਰ ਇੱਥੇ ਜਿਹੜਾ ਹਟ ਗਿਆ, ਉਹ ਰੋੜੀ ਜਿਹੜੀ ਰਹਿੰਦੀ ਆ, ਅੱਜ ਅਸੀਂ ਜਿਹੜਾ ਕੁੱਟ ਲੈਣੀ ਆ, ਕੁੱਟ ਕੇ ਉਸ ਤੋਂ ਬਾਅਦ ਜਿਹੜਾ ਫਰਸ਼ ਅਸੀਂ ਜਿਹੜਾ ਸੁਬਾਹ ਪ੍ਰਸੂਤ ਕਰ ਦੇਣਾ, 1-2 ਦਿਨਾਂ ਦੇ ਅੰਦਰ ਜਿਹੜਾ ਫਰਸ਼ ਲਵਾ ਲੈਣਾ। ਔਰ ਸਾਲਣ ਜਿਹੜਾ ਹੈ ਕੋਈ ਨੀ, ਅੱਜ ਨਾਲ ਇੱਕ ਆਂਡਾ ਜਿਹੜਾ ਬਣਾਉਣ ਲੱਗੇ ਵੀ ਬੱਚੇ ਤੇ ਸਾਰੇ ਜਿਹੜੇ ਖਾ ਲਵਣਗੇ ਨਾ, ਤੇ ਮੇਰੇ ਵਾਸਤੇ ਜਿਹੜਾ ਚਾਹੇ ਜਾਂ 2 ਦਿਨਾਂ ਮੈਂ ਖਾ ਲਵਾਂਗਾ, ਸਹੀ ਨੀ? ਹਾਂ, ਇਸ ਕਰਕੇ ਕਿਉਂ ਕੱਲ ਅਸੀਂ ਜਿਹੜੇ ਸ਼ਹਿਰ ਗਏ ਸੀ ਨਾ, ਉਧਰੋਂ ਜਿਹੜਾ ਲੈਣ ਦੀ ਸੀ ਅਸੀਂ ਜਿਹੜਾ ਮੱਛੀ, ਉਹ ਜਿਹੜਾ ਅਸੀਂ ਜਿਹੜਾ ਬਣਾ ਲਈ ਆਏ, ਤੇ ਸਾਲਣ ਜਿਹੜਾ ਬੱਚਾ ਕੋਈ ਸ਼ਾਮ ਨੂੰ ਜਿਹੜਾ ਅਸੀਂ ਖਾ ਲਈ ਸੀ ਸਾਰਿਆਂ ਨੇ ਮਿਲ ਕੇ, ਤੇ ਇਸ ਕਰਕੇ ਸਾਲਣ ਬੱਚਾ ਕੋਈ ਸਾਲਣ ਅਸੀਂ ਬਣਾਈ, ਫਿਰ ਜਿਹੜਾ ਸਵੇਰੇ ਫਸਟ ਟਾਈਮ ਹੀ ਜਿਹੜਾ ਅਸੀਂ ਉਹੀ ਸਾਲਣ ਜਿਹੜਾ ਇਸਤੇਮਾਲ ਜਿਹੜਾ ਹੋ ਜਾਂਦਾ ਕੁਝ ਜ਼ਿਆਦਾ ਜਿਹੜਾ ਬਣੀਦਾ ਨਾ, ਤੇ ਅੱਜ ਇਸ ਵਾਸਤੇ ਜੀ, ਲੇਕਿਨ ਅੱਜ ਅਚਾਰ ਵੀ ਜਿਹੜਾ ਖਤਮ ਹੋਇਆ ਹੋਇਆ, ਬਾਲਟੀ ਜੀ ਅਚਾਰ ਦੀ ਸੀ ਸਾਰੀ ਜਿਹੜਾ ਖਤਮ ਹੋ ਗਈ ਆ, ਔਰ ਅਚਾਰ ਲਿਖਾਇਆ ਹੋਇਆ ਹੈ, ਸ਼ਾਇਦ ਅੱਜ ਆ ਜਾਵੇ, ਨਹੀਂ ਤਾਂ ਸੁਬਾਹ ਜਿਹੜਾ ਲਾਜ਼ਮਨ ਜਿਹੜਾ ਅਚਾਰ ਦੀ ਬਾਲਟੀ ਜਿਹੜਾ ਨਵੀਂ ਜਿਹੜਾ ਆ ਜਾਵੇਗੀ। ਹਾਂਜੀ, ਤੇ ਰੋਟੀ ਖਾ ਲਈ ਆ, ਔਰ ਘਰ ਦਾ ਕੰਮ ਵਗੈਰਾ ਜਿਹੜਾ ਕਾਫੀ ਸਾਰਾ ਜਿਹਾ ਕਰਨ ਵਾਲਾ, ਲੇਕਿਨ ਜੇ ਸ਼ਾਮ ਟਾਈਮ ਜਿਹਾ ਕੁਛ ਕਰਾਂਗੇ, ਨੁਮਾਨ ਵੀ ਸਕੂਲ 'ਚੋਂ ਆ ਜਾਵੇਗਾ, ਨੁਮਾਨ ਦੁਕਾਨ 'ਤੇ ਰੁਕੇਗਾ, ਔਰ ਮੈਂ ਬਾਕੀ ਜੇ ਕੰਮ ਵਗੈਰਾ ਰਹਿ ਗਿਆ ਨਾ, ਉਹ ਸ਼ਾਮ ਟਾਈਮ ਕਰ ਲਵਾਂਗਾ, ਕਿਉਂਕਿ ਸੁਬਹ ਟਾਈਮ ਅੱਜ ਕੰਮ ਕਾਫੀ ਸਾਰਾ ਜਿਹਾ ਹੋ ਗਿਆ, ਅਤੇ ਬਾਕੀ ਜੇ ਰਹਿ ਗਿਆ ਉਹ ਸ਼ਾਮ ਟਾਈਮ ਕਰਾਂਗੇ। ਹਾਂਜੀ, ਤੇ ਨੁਮਾਨ ਸਕੂਲ 'ਚੋਂ ਆ ਰਿਹਾ, ਔਰ ਸਾਈਕਲ ਜਿਹੜਾ ਆਉਂਦੇ ਲਾ ਜਿਹੜਾ ਚਲਾ ਰਿਹਾ, ਉਹ ਉਧਰੋਂ ਗਾਰਡਨ ਨਾਲ ਹੋ ਕੇ ਜਿਹੜਾ ਲੈ ਕੇ ਆ ਰਿਹਾ।
ਕਿਉਂਕਿ ਸਵੇਰੇ ਫਸਟ ਟਾਈਮ ਜਿਹੜਾ ਬਾਹਰ ਮੈਂ ਚਲਾਉਣ ਦਿੰਦਾ, ਰਸ਼ ਕੋਈ ਨਹੀਂ ਹੁੰਦੀ, ਟ੍ਰੈਫਿਕ ਕੋਈ ਨਹੀਂ ਹੁੰਦੀ, ਇਸ ਟਾਈਮ ਫਿਰ ਜਿਹੜਾ ਘਰੇ ਹੀ ਚਲਾਉਂਦਾ। ਚੱਲ ਰੋਟੀ ਖਾ ਕੇ ਨਾ ਉਸ ਤੋਂ ਬਾਅਦ ਜਿਹੜਾ ਅਸੀਂ ਖੇਡਦਾ ਰਹੀ, ਠੀਕ ਹੈ। ਹਾਂ ਹਨੂੰਮਾਨ ਜਿਹੜਾ ਤਕਰੀਬਨ 10 ਮਿੰਟ ਹੋ ਗਏ ਸਕੂਲ 'ਚ ਆਏ ਨੂੰ। ਹਾਂਜੀ, ਅਤੇ ਮੈਂ ਵੀ ਇੱਧਰ ਜਿਹੜਾ ਆ ਗਿਆ ਉੱਪਰ ਜਿਹੜਾ ਛੱਤ 'ਤੇ, ਉਹ ਦੇਖ ਰਿਹਾ ਸੀ ਮਿਸਤਰੀ ਵੀ ਜਿਹੜਾ 1-2 ਦਿਨਾਂ ਤੱਕ ਇਸ ਟਾਈਮ ਆਉਣਾ ਨਾ, ਅਤੇ ਸਿੰਕ ਜਿਹੜਾ ਉਹਦੇ ਕੋਲ ਜਿਹੜਾ ਬਾਹਰ ਲਵਾਉਣਾ, ਔਰ ਪੈਂਪ ਜਿਹੜਾ ਦੇਖ ਰਿਹਾ ਸੀ, ਅਤੇ ਪੈਂਪ ਜਿਹੜਾ ਕਾਫੀ ਨੇ ਕਿਉਂਕਿ ਆ 3-4 ਜੇ ਵੱਡੇ ਪੀਸ ਪੈਣ ਨਾ, ਇਹ ਹੋ ਗਿਆ ਤਕਰੀਬਨ ਜਿਹੜਾ 15 ਫੁੱਟ ਦਾ, ਇਹ ਵਾਲਾ ਹੋ ਗਿਆ ਕੋਇਆ ਪਿਆ 5-6 ਫੁੱਟ ਦਾ, ਦੂਸਰੇ ਜਿਹੜਾ ਥੱਲੇ ਜਿਹੜਾ ਪਿਆ ਤਕਰੀਬਨ 10-15 ਫੁੱਟ ਦਾ, ਤਿੰਨੀ ਕੁ ਜਗ੍ਹਾ 30-35 ਫੁੱਟ ਇੰਝ ਕਰਕੇ ਜਿਹੜਾ ਬੰਨੀਆਂ ਲਾਮ, ਅਤੇ ਠੀਕ ਨੇ ਉਹ ਸਾਕਟ ਜਿਹੜਾ 2-3 ਜਿਹੜਾ ਮੈਨੂੰ ਹੋਰ ਲੈਣੇ ਪੈਣੇ ਨੇ ਮਜ਼ੀਦ, ਇਹਦੇ ਨਾਲ ਦੇ ਜਿਹੜੇ ਵਾਲੇ ਜੋੜ ਲਾਉਣ ਵਾਲੇ ਜਿਹੜਾ ਸਾਕਟ, ਇਹ ਮੈਨੂੰ ਜਿਹੜਾ ਸਾਦੇ ਲਿਆਉਣੇ ਪੈਣੇ ਨੇ। 3-4 ਜਿਹੜੇ ਲੈ ਆਵਾਂਗਾ ਨਾ, ਜਿਸ ਤੇ ਮਿਸਤਰੀ ਬਾਈ ਨੇ ਆਉਣਾ ਨਾ, ਉਧਰੋਂ ਆਉਣ ਲੱਗਿਆ 2 ਬੋਰੀਆਂ ਸੀਮੈਂਟ ਦੀਆਂ ਚੱਕੀ ਲਿਆਵੇਗਾ, ਅਤੇ ਸਾਕਟ ਵੀ ਲਈ ਆਵੇਗਾ, ਔਰ ਫਰੈਸ਼ ਵੀ ਹੋ ਜਾਵੇਗਾ, ਅਤੇ ਨਾਲ ਦਿਲ ਆਇਆ ਸਿੰਕ ਵੀ ਬਣਾ ਲੈਂਦੇ ਅਗਰ ਟਾਈਮ ਬਚਿਆ ਨਾ, ਅਤੇ ਦੋਵਾਂ 'ਚੋਂ ਇੱਕ ਕੰਮ ਧੋਣਾ ਆ, ਸਿੰਕ ਲੱਗ ਜਾਵੇਗਾ, ਨਹੀਂ ਤਾਂ ਫਿਰ ਜਿਹੜਾ ਉਹ ਬੈਕ ਸਾਈਡ ਵਾਲੀ ਦੀਵਾਰ 'ਤੇ ਜਿਹੜਾ ਵਾਰ, ਉਹ 2-4 ਦਿਨ ਦੀ ਬਾਣੇ ਤੱਕ ਜਿਹੜਾ 1-1.5 ਫੁੱਟ ਜਿਹੜਾ ਉੱਚੀ ਮਜ਼ੀਦ ਜਿਹੜਾ ਹੋਰ ਹੋ ਜਾਵੇਗੀ। ਔਰ ਮੇਨ ਚੀਜ਼ ਇਹ ਆ ਕਿ ਕੱਲ੍ਹ ਪਰਸੋਂ ਜਿਹੜਾ ਬਾਰਿਸ਼ ਵੀ ਆਈ ਸੀ ਨਾ, ਅਤੇ ਉਸ ਤੋਂ ਪਹਿਲਾਂ ਹੀ ਜਿਹੜਾ ਬਾਰਿਸ਼ ਆਈ ਸੀ, ਮੈਂ ਜਿਹੜਾ ਪਲੇਟਾਂ ਜਿਹੜੀਆਂ ਦੇਖੀਆਂ ਕੋਈ ਨਹੀਂ, ਮੈਂ ਆਖਿਆ ਪਲੇਟਾਂ ਜਿਹੜੀਆਂ ਦੇਖਦੇ ਹਾਂ, ਅਤੇ ਲੇਕਿਨ ਜੇ ਆ ਇੱਟਾਂ ਜਿਹੀਆਂ ਦਿੱਤੀਆਂ ਨੇ ਸਾਈਡਾਂ ਤੋਂ, ਇਹਦੇ ਨਾਲ ਜਿਹੜਾ ਕਾਫੀ ਮੈਨੂੰ ਜਿਹੜਾ ਫਾਇਦਾ ਹੋ ਗਿਆ। ਪਹਿਲੇ ਤਾਂ ਜਿਸ ਟਾਈਮ ਬਾਰਿਸ਼ ਆਉਂਦੀ ਸੀ ਜਾਂ ਜਿਸ ਟਾਈਮ ਜੇ ਹਵਾ ਚੱਲਦੀ ਸੀ ਨਾ ਤੇਜ਼, ਮੈਨੂੰ ਥੱਲੇ ਲਾਉਣੀਆਂ ਪੈਂਦੀਆਂ ਸੀ, ਫਿਰ ਉੱਪਰ ਰੱਖਣੀ ਪੈਂਦੀ ਸੀ, ਲੇਕਿਨ ਆ ਸਾਈਡਾਂ 'ਤੇ ਜਿਹੜੀਆਂ ਮਿੱਟਾਂ ਜੋੜ ਦਿੱਤੀਆਂ ਨਾ, ਹਵਾ ਹੀ ਆ ਜਾਵੇ, ਬਾਰਿਸ਼ ਆ ਜਾਵੇ, ਪਰੇਸ਼ਾਨੀ ਨਹੀਂ ਬਣਦੀ ਆ। ਔਰ ਇਹਨਾਂ ਵਾਂਸਾਂ ਨੂੰ ਮਜ਼ਬੂਤ ਕਰਨਾ, ਔਰ ਪਰਨਾਲਾ ਜਿਹੜਾ ਸਾਡਾ ਇਹ ਵੀ ਜਿਹੜਾ ਖੁੱਲ੍ਹਿਆ ਹੋਇਆ, ਇਹਨੂੰ ਵੀ ਜਿਹੜਾ ਸੈਟਿੰਗ ਜਿਹੜਾ ਕਰਨੀ ਆ, ਉਹ ਅਲਫੀ ਵਗੈਰਾ ਜਿਹੜਾ ਲਿਆ ਕੇ ਨਾ, ਸਮਾਜੀ ਸਲੋਸ਼ਨ ਜਿਹਦੇ ਨਾਲ ਜਿਹੜਾ ਪੱਕਿਆਂ ਕਰਦੇ ਨੇ, ਉਹ ਵਾਲਾ ਸਲੋਸ਼ਨ ਜਿਹੜਾ ਲੈਣ ਆ, ਤਾਂ ਕਿ ਜਿਹੜਾ ਇਹਨੂੰ ਲਾ ਕੇ ਨਾ ਅੰਦਰਲੀ ਸਾਈਡ ਨੂੰ ਫਿਰ ਜਿਹੜਾ ਇਹਨੂੰ ਫਸਾ ਦੇਵਾਂਗੇ, ਉੱਪਰ ਜਿਹੜਾ ਲੀਰ ਵਗੈਰਾ ਜਿਹਨੂੰ ਵੜ ਕੇ ਨਾ, ਅਤੇ ਉੱਚੀ ਤਰੀਕੇ ਜਿਹੜਾ ਫਸਾ ਦੇਵਾਂਗੇ। ਔਰ ਇਹ ਜਦੋਂ ਜ਼ਿਆਦਾ ਵੱਡਾ ਹਨੇਰ ਬਾਰਿਸ਼ ਆਈ ਸੀ ਨਾ, ਕਾਫੀ ਤੇਜ਼ ਆਈ ਸੀ, ਉਦੋਂ ਸਾਡੀ ਵਾਲੀ ਪਲੇਟ ਜਿਹੜੀ ਨਾ ਟੁੱਟ ਗਈ ਆਈ। ਔਰ ਮੈਂ ਸਾਰੀਆਂ ਜਿਹੜੀਆਂ ਕੰਮ ਦੀ ਚੀਜ਼ਾਂ ਜਿਹੜੀਆਂ ਇੱਥੇ ਜਿਹਨੂੰ ਉੱਪਰ ਰੱਖੀਆਂ ਹੋਈਆਂ, ਤਾਂ ਕਿ ਜਿਹੜਾ ਉਹਨਾਂ ਅੱਗੇ ਵਾਇਰਿੰਗ ਵਗੈਰਾ ਜਿਸ ਟਾਈਮ ਹੋਰ ਕੋਈ ਜ਼ਰੂਰਤ ਪਈ ਨੇ ਕਿਚਨ 'ਚ, ਅਤੇ ਨਵੇਂ ਪੈਂਪ ਲਵਾਂ ਜ਼ਰੂਰਤ ਕੋਈ ਨਹੀਂ, ਕਿਉਂਕਿ ਜਿਹੜਾ ਖਰਾਬ ਨਹੀਂ ਹੁੰਦੇ ਨੇ, ਨਾ ਹੀ ਧੁੱਪ 'ਚ ਨਾ ਹੀ ਬਾਰਿਸ਼ 'ਚ ਖਰਾਬ ਨਹੀਂ ਹੁੰਦੇ। ਅਤੇ ਇਹ ਜਦੋਂ ਕਿਚਨ 'ਚ ਵਾਇਰਿੰਗ ਵਗੈਰਾ ਜਦੋਂ ਪਲਸਤਰ ਹੋ ਗਿਆ ਨਾ ਸਰਦੀਆਂ 'ਚ ਕਿਚਨ 'ਤੇ ਵਾਇਰਿੰਗ ਵਗੈਰਾ ਕੀਤੀ, ਅਤੇ ਇਹਨਾਂ ਪੈਂਪਾਂ ਦੀ ਕਰ ਲਵਾਂਗੇ, ਇਹਨਾਂ ਦੇ 'ਚ ਚਾਹੇ ਜੋੜ ਲਾਉਣੇ ਪੈਣ ਖਾਲੀ ਜੋੜ ਹੀ ਲੈ ਲਵਾਂਗੇ ਨਾ, ਅਤੇ ਇਹ ਵਾਲੇ ਜਿਹੜਾ ਪੈਂਪ ਕੰਮ ਜਿਹੜਾ ਦੇ ਜਾਵਣਗੇ, ਕਿਉਂਕਿ ਹਾਲੇ ਤੱਕ ਜਿਹੜਾ ਨਵੇਂ ਹੀ ਪੈਣ ਤਕਰੀਬਨ ਇਹਨਾਂ ਨੂੰ 4-5 ਸਾਲ ਤਾਂ ਹੋ ਗਏ ਨੇ, ਲੇਕਿਨ ਜਿਹੜਾ ਕਿਸੇ ਕਿਸਮ ਦੀ ਕੋਈ ਲੀਕ ਕੋਈ ਨਹੀਂ ਨਾ ਕਿੱਧਰੋਂ, ਅਤੇ ਨਾ ਹੀ ਜਿਹੜੇ ਨੇ ਉਹਦਾ ਨਾ ਬੁੱਤੇ ਹੋ ਜਾਂਦੇ ਨੇ, ਬਿਲਕੁਲ ਜਿਹੜਾ ਉਵੇਂ ਯਾਰ ਠੀਕ ਪਏ ਨੇ। ਔਰ ਇਹ ਪੈਂਪ ਵੇਸਟ ਪੈਂਪ ਜਿਹਾ ਮੈਨੂੰ ਲੈਣਾ ਪੈਣਾ ਸਿੰਕ ਵਾਸਤੇ, ਇਹਦੇ ਨਾਲ ਚਿੱਟਾ, ਲੇਕਿਨ ਇਹ ਜਿਹੜਾ ਨਾ 2 ਇੰਚੀ ਦਾ ਆਪਾਂ ਦੂਸਰਾ 3 ਇੰਚੀ ਦਾ ਜਿਹੜਾ ਲੈਣਾ, ਜਿਵੇਂ ਕਿ ਉਹ ਪੈਂਪ ਪਿਆ ਨਾ ਐਲ, ਇਹ 4 ਦਾ ਇਸ ਨੂੰ ਛੋਟਾ ਹੋਣਾ, ਉਹ ਵਾਲਾ ਜਿਹੜਾ 3 ਇੰਚ ਤਕਰੀਬਨ ਜਿਹੜਾ 30 ਫੋਟੋ ਲੈਣਾ ਪੈਣਾ, ਤਾਂ ਕਿ ਜਿਹੜਾ ਬਾਹਰ ਦਾ ਪਾਣੀ ਵਗੈਰਾ ਨਿਕਲਦੇ ਰਹੇ। ਔਰ ਕਾਫੀ ਸਾਰੇ ਪੈਂਪ ਵੀ ਕਮੈਂਟ ਕੀਤੀ ਸੀ ਕਿ ਜਿਹੜਾ ਸਿੰਕ ਹੋਵੇਗਾ ਨਾ, ਇਹਦਾ ਵੇਸਟ ਪੈਂਪ ਜਿਹੜਾ ਤੁਸੀਂ ਗਾਰਡਨ ਵਾਲੀ ਜਿਹੜਾ ਕੱਢੀ ਰੱਖੋਗੇ, ਲੇਕਿਨ ਉਹ ਜਿਹੜਾ ਕਿਸੇ ਕਿਸਮ ਦਾ ਖਾਸ ਖਰਾਬ ਹੈ, ਕਚਰਾ ਵਗੈਰਾ ਜਿਹੜਾ ਬਣਿਆ ਰਹਿਣਾ, ਵੀ ਪਾਣੀ ਵਗੈਰਾ ਬਰਤਨਾਂ ਵਾਲਾ ਜਿਹੜਾ ਸਾਰਾ ਗਾਰਡਨ ਜਿਹੜਾ ਉੱਥੇ ਖੜਾ ਰਹੇਗਾ ਨਾ, ਤਾਂ ਉਹ ਅਜੀਬ ਜਿਹਾ ਲੱਗੇਗਾ। ਇਸ ਕਰਕੇ ਵੇਸਟ ਪੈਂਪ ਪਿੱਛੇ ਦੀ ਨਿਕਾਸੀ ਕਰਕੇ ਲੈ ਜਾਵਾਂਗੇ, ਨਾ ਤਾਂ ਬਿਲਕੁਲ ਸਾਫ਼ ਸੁਥਰਾ ਲੱਗੇਗਾ, ਤਾਂ ਗਾਰਡਨ ਨੂੰ ਵੈਸੇ ਜਿਹੜਾ ਪੰਪ ਚਲਾ ਕੇ ਪਾਣੀ ਵਗੈਰਾ ਜਿਹੜਾ ਲਾ ਲਿਆ ਕਰਾਂਗੇ। ਮੈਂ ਹੁਣ ਮੇਨ ਕੰਮ ਇਹ ਕਰਨਾ ਕਿ ਜਿਹੜੀ ਉਹ ਰੇਤ ਪਈ ਆ ਨਾ, ਉਹ ਰੇਤ ਜਿਹੜੀ ਚੱਕ ਕੇ ਭਰੇ ਸਿੱਟਣੀ ਹੈ, ਉਹ ਵਾਲੀ ਜਿਹੜਾ ਰੇਤ ਇਹ ਚੱਕ ਕੇ ਲੈ ਜਾਣੀਆਂ, ਇੱਟਾਂ ਜਿਹੜੀਆਂ ਸਾਫ਼ ਸੁਥਰੀਆਂ ਕਰ ਲੈਣੀਆਂ ਨੇ, ਉਹ ਇੱਥੋਂ ਜਿਹੜੀਆਂ ਹਟਾ ਲੈਣੀਆਂ ਨੇ, ਅਤੇ ਸਿਰਫ਼ 2 ਚੁੱਲ੍ਹੇ ਜਿਹੜੇ ਖੜੇ ਨੇ ਚੁੱਲ੍ਹੇ, ਉਸ ਟਾਈਮ ਡਾਵਾਂਗੇ, ਜਿਸ ਟਾਈਮ ਮਿਸਤਰੀ ਆ ਜਾਵੇਗਾ ਨਾ, ਉਸ ਟਾਈਮ ਮੈਂ 2 ਚੁੱਲ੍ਹੇ ਜਿਹੜੇ ਨੇ ਹਟਾ ਲਵਾਂਗੇ,
ਤੇ ਫਰਸ਼ ਲਾਉਣ ਤੋਂ ਬਾਅਦ ਜਿਹੜਾ ਉੱਪਰ ਜਿਹੜਾ ਇੱਕ ਚੁੱਲ੍ਹਾ ਵਗੈਰਾ ਜਿਹੜਾ ਰੱਖ ਲਿਆ ਕਰਾਂਗੇ ਚਾਵਾਂ। ਵੈਸੇ ਜਿਵੇਂ ਪੱਕੇ ਪੱਕੇ ਚੁੱਲ੍ਹੇ ਇੱਥੇ ਕੋਈ ਨਹੀਂ ਲਾਉਣੇ, ਉਹ ਕਿਚਨ ਜਿਹੜਾ ਬੇਗਮ ਨੂੰ ਪਰੇ ਜਿਹੜਾ ਬਣਾ ਕੇ ਦੇਣਾ ਗਾਰਡਨ ਵਾਲੀ ਸਾਈਡ ਵੱਲ, ਅਤੇ ਉਹਦੇ ਉੱਪਰ ਜਿਹੜਾ ਛੱਪਰ ਵਗੈਰਾ ਜਿਹੜਾ ਉਹ ਵੀ ਬਣਾ ਲੈਣਾ ਵੀ, ਤਾਂ ਕਿ ਬਾਰਿਸ਼ ਤੋਂ ਵੀ, ਗਰਮੀ ਤੋਂ ਵੀ, ਸਰਦੀ ਤੋਂ ਵੀ ਜਿਹੜਾ ਕੁਛ ਬਚਤ ਰਹੇਗੀ। ਅਤੇ ਮੇਨ ਸਰਦੀਆਂ 'ਚ ਕਿਚਨ ਅਸੀਂ ਜਿਹੜਾ ਪੱਕਾ ਹੀ ਜਿਹੜਾ ਇਸਤੇਮਾਲ ਕਰਨਾ, ਉਹ ਵੈਸੇ ਜਿਹੜਾ ਬੈਰ ਓਪਨ ਕਿਚਨ ਜਿਹੜਾ ਕਾਫੀ ਜ਼ਰੂਰੀ ਹੁੰਦਾ, ਕਿਉਂਕਿ ਤੰਦੂਰ ਵੀ ਉੱਥੇ ਲੱਗ ਜਾਵੇਗਾ, ਵੈਸੇ ਚੁੱਲ੍ਹੇ ਵੀ ਉੱਥੇ ਜਿਹੜਾ ਦੋ ਲੱਗ ਜਾਵਣਗੇ, ਅਤੇ ਉੱਪਰ ਛੱਪਰ ਇਸ ਕਰਕੇ ਲਾਜ਼ਮਨ ਜਿਹੜਾ ਬਣਾਵਾਂਗਾ। ਹਾਂਜੀ, ਅਤੇ ਮੈਂ ਵੀ ਥੱਲੇ ਆ ਗਿਆ, ਉਹ ਰਹਿ ਵਾਲੀ ਜਿਹੜੀ ਰੇਤ ਪਈ ਹੋਈ ਆ ਇੱਥੋਂ ਜਿਹੜਾ ਚੱਕੜ ਕੋਈ ਨਹੀਂ ਲੱਗੇ, ਇੱਥੇ ਮੈਂ ਕਿਹਾ ਨੀਵੀਂ ਸਨ ਆ, ਇੱਥੇ ਇੱਕੋ ਜਿਹੀ ਕਰਕੇ ਉੱਪਰ ਜਿਹੜਾ ਮਿੱਟੀ ਜਿਹੜਾ ਇਹ ਦੇ ਲਵਾਂਗੇ, ਸਹੀ ਨਹੀਂ ਆ ਕਿਉਂਕਿ ਉੱਧਰ ਨੂੰ ਰੱਖੀ ਆ, ਉੱਧਰ ਫਿਰ ਜਿਹੜੀ ਚੱਕਣੀ ਪਾਉਣੀ ਇਹਨੂੰ, ਇੱਥੇ ਬਰਫੀ ਜਿਹੜਾ ਦੇ ਲਵਾਂਗੇ, ਔਰ ਇੱਟਾਂ ਜਿਹੀ ਸਾਫ਼ ਕਰੀਏ, ਅਤੇ ਉੱਥੇ ਮੈਨੂੰ ਪਕੜਾ, ਮੈਂ ਸਭ ਤੋਂ ਪਹਿਲੇ ਜਿਹੜਾ ਖੱਡਾ ਬਣਾ ਲਵਾਂ। ਹਾਂਜੀ, ਅਤੇ ਮੈਂ ਵੀ ਸਭ ਤੋਂ ਪਹਿਲੇ ਜਿਹੜਾ ਮੁਸੰਮੀ ਦਾ ਖੱਡਾ ਜਿਹੜਾ ਬਣਾ ਰਿਹਾ, ਉਸ ਤੋਂ ਬਾਅਦ ਜਿਹੜਾ ਅਨਾਰ ਦਾ ਬਣਾਉਂਦਾ। ਇਸੇ ਤਰ੍ਹਾਂ ਆਸਤਾ ਆਸਤਾ ਜਿਹੜਾ ਹਰ ਕੰਮ ਜਿਹੜਾ ਮੁਕੰਮਲ ਹੁੰਦਾ ਜਾਵੇਗਾ। ਪਰ ਇੱਥੇ ਆਪਾਂ ਇੱਟਾਂ ਲਾਉਣੀਆਂ ਭਰਾਵਾਂ, ਆਓ ਇੱਟਾਂ ਪਾ ਪਰ ਚਾਕ ਲੈ ਉੱਥੇ ਕਿੱਟ ਜਗ੍ਹਾ ਤੰਗ ਜੀ ਹੈ, ਤੇ ਨਾਲ ਨਾਲ ਹਲੀਮਾ ਸਾਦੀਆ ਵੀ ਹੈ ਜਾ ਫਾਤਮਾ ਵੀ। ਨਾਲ ਦੇ ਨਾਲ ਇੱਟਾਂ ਜੀ ਇੰਨਾ ਸਾਫ਼ ਕਰਕੇ ਵੀ ਲਾਉਣੀਆਂ ਪੈਂਦੀਆਂ, ਗਾਰਾ ਵਗੈਰਾ ਜਿਹਾ ਲੱਗੇ ਹੋਏ ਨਾ। ਸਾਫ਼ ਵੀ ਤੇ ਨਾਲ ਜਿਹੜੇ ਵੀ ਜਿਹਨੇ 'ਚ ਰੱਖਣਾ ਪੈਂਦਾ ਕਿ ਬਿਲਕੁਲ ਖੱਡਾ ਜਿਹੜਾ ਗੁਲਾਈ 'ਚ ਹੋਵੇ ਤਾਂ ਖੂਬਸੂਰਤ ਲੱਗਦਾ। ਭਰਿਓ ਹੈਂ, ਉੱਥੇ ਭਰਿਓ ਉੱਥੇ ਬੈਠ, ਇਹ ਤਾਂ ਤਕਰੀਬਨ ਅੱਧਾ ਬਣਿਆ ਖੋਤਾ, ਅੱਧਾ ਰਹਿ ਗਿਆ। ਇਹ ਖੱਡਾ ਬਣਾ ਕੇ ਫਿਰ ਜਿਹੜਾ ਕੋਈ ਕੰਮ ਵਗੈਰਾ ਜਿਹੜਾ ਹੋਰ ਥੋੜ੍ਹਾ ਬਹੁਤ ਜਿਹੜਾ ਕਰਨ ਵਾਲਾ ਉਹ ਕਰਾਂਗੇ। ਔਰ ਹਾਲੇ ਤੱਕ ਉੱਤਾਂ ਉੱਠੀ ਕੇ ਜਿਹੜਾ ਦੇਖਾਂਗਾ ਨਾ, ਫਿਰ ਪਤਾ ਚੱਲੇਗਾ ਵੀ ਨੀਵਾਂ ਬਣ ਰਿਹਾ ਗੁੱਚਾ ਬਣ ਰਿਹਾ। ਔਰ ਲੀਮਾ ਸਾਹਿਬ ਜੀ ਤੁਹਾਨੂੰ ਕਿਸੇ ਸਾਰੇ ਬਹਿਣ ਬੀਜ ਸੁਰ ਕਾਹ ਨਹੀਂ ਆਈ ਹੋਣੀ, ਮੈਨੂੰ ਆ ਗਈ, ਕਹਿ ਰਹੀ ਕਿ ਦੋਵੇਂ ਖੱਡੇ ਬਣਾਉਣੇ ਨੇ ਆਪਾਂ, ਦੋਵੇਂ ਬਣਾਉਣੇ ਨੇ। ਇੱਥੇ ਇੱਕ ਜਿਹੜਾ ਪਹਿਲਾਂ ਨੂੰ ਜਿਹੜਾ ਕੁਛ ਵਡੇਰਾ ਖੱਡਾ ਜਿਹੜਾ ਬਣ ਗਿਆ, ਹੋਰ ਖੱਡਾ ਹੋ ਗਿਆ ਮੁਕੰਮਲ, ਬੜਾ ਖੂਬਸੂਰਤ ਲੱਗ ਰਿਹਾ ਪਰਲੀ ਸਾਈਡ ਤੇ ਜਿਹੜਾ।
ਥੋੜਾ ਬਹੁਤਾ ਜਿਹਾ ਟੋਇਆ ਡੋਗ ਨੇ ਬਣਾਇਆ ਸੀ ਨਾ, ਉਹ ਵੀ ਮੈਂ ਅੱਛੇ ਜਿਹਾ ਅੱਛੀ ਤਰੀਕੇ ਜਿਹੜੇ ਨਾਲ ਪੂਰ ਦੇਈਏ। ਪਰਾਂਠਾ ਲਈ ਮੈਂ ਸਭ ਐਦਨ ਸੈੱਟ ਮੈਂ ਦੋ ਤਿੰਨ ਬੱਠਾ ਸੱਟ ਕੇ ਨਾ ਪੂਰਾ ਮੁਕੰਮਲ ਜਿਹੜਾ ਕਰ ਲਈ ਆਸਤਾ ਆਸਤਾ ਜਿਹੜਾ ਦੋ ਤਿੰਨ ਦਿਨ ਤੱਕ ਜਿਹੜਾ ਗਾਰਡਨ ਨੂੰ ਮੁਕੰਮਲ ਕਰੀਏ। ਫਰਸ਼ ਵੀ ਲੱਗ ਜਾਵੇਗਾ, ਸਿੰਕ ਵੀ ਲੱਗ ਜਾਵੇਗਾ, ਉਸ ਦੀਵਾਰ 'ਤੇ ਵਾਰ ਵੀ ਆ ਜਾਵਣਗੇ। ਕਿਉਂਕਿ ਇੱਕੋ ਦਿਨ ਦੇ ਵਿੱਚ ਤਾਂ ਸਾਰੀ ਚੀਜ਼ਾਂ ਜਿਹੜੀਆਂ ਕੰਪਲੀਟ ਕੋਈ ਨਹੀਂ ਹੋਣੀਆਂ, ਆਸਤਾ ਆਸਤਾ ਹੀ ਹੈ। ਕਦੀ ਟਰਾਲੀਆਂ ਦੀ ਮਿੱਟੀ ਦੀਆਂ ਟਰਾਲੀਆਂ ਦੋ ਆ ਜਾਂਦੀਆਂ ਨੇ। ਪੂਰਾ ਘਰ ਜਿਹੜਾ ਨਾ ਮੁਕੰਮਲ ਹੋ ਜਾਣਾ ਸੀ ਤੇ ਬੜਾ ਹੀ ਖੂਬਸੂਰਤ ਲੱਗਿਆ। ਕਿਉਂਕਿ ਇਹਦੇ ਲਈ ਸਾਈਡ ਵੀ ਜਿਹੜੀ ਨਾ ਇੱਟਾਂ ਨਹੀਂ ਇੰਨਾ ਉਵੇਂ ਹੀ ਖੜੋਤੀਆਂ ਡਿੱਗ ਜਾਣੀਆਂ ਸੀ ਉਸ ਟਾਈਮ, ਇਸ ਕਰਕੇ ਮੈਂ ਇੱਕ ਬਰਫੀ ਪਾ ਲਈ। ਹੁਣ ਕਿਉਂਕਿ ਹੁਣ ਬਣ ਗਏ ਪੱਕੇ ਖੱਡੇ ਵੀ ਬਾਰ ਬਾਰ ਜਿਹੜਾ ਖਰਾਬ ਨਹੀਂ ਹੋਣਗੇ, ਬਾਰਿਸ਼ ਨਾ ਹੋ ਗਿਆ ਜਾਂ ਵੈਸੇ ਹੋ ਗਿਆ ਜਾਂ ਬੱਚਿਆਂ ਨੂੰ ਖਰਾਬ ਕਰਤੇ, ਇੱਥੇ ਜਿਹੜਾ ਪੱਕੇ ਪੱਕੇ ਹੋ ਜਾਣ ਜਿਸ ਟਾਈਮ ਪਾਣੀ ਹੋਣੇ ਨਾਲ ਲੱਗੇਗਾ ਨਾ ਮਿੱਟੀ ਬਿਲਕੁਲ ਜਿਹੜਾ ਗਾਰੇ ਵਾਂਗ ਬਣ ਕੇ ਪੱਕੀਆਂ ਹੋ ਜਾਵਣਗੀਆਂ। ਹਾਂਜੀ ਅਤੇ ਕੰਮ ਜਿਹੜਾ ਹੋ ਗਿਆ ਮੁਕੰਮਲ, ਔਰ ਬਾਕੀ ਦਾ ਖੱਡਾ ਆਣ ਕੇ ਬਣਾਵਾਂਗਾ। ਪਹਿਲੇ ਜਿਹੜਾ ਮੈਂ ਚੱਲਿਆ ਦੁਕਾਨ 'ਤੇ ਸਬਜ਼ੀ ਜਿਹੜਾ ਪਕਾਉਣ ਵਾਸਤੇ ਜਿਹੜਾ ਲੈ ਕੇ ਆਈ ਤਾਂ ਕਿ ਜਿਹੜਾ ਟਾਈਮ ਨਾਲ ਲੈ ਮੈਂ ਸ਼ਾਮ ਤੋਂ ਪਹਿਲਾਂ ਜਿਹੜਾ ਰੋਟੀ ਸਾਲਨ ਜਿਹੜਾ ਪੱਕ ਜਾਵੇਗਾ। ਹੋਰ ਪਹਿਲੇ ਜਿਹੜਾ ਖੱਡਾ ਕਿਸ ਤਰ੍ਹਾਂ ਲੱਗ ਰਿਹਾ ਸੀ ਔਰ ਹੁਣ ਜਿਹੜਾ ਕਿਤਨਾ ਪਿਆਰਾ ਲੱਗ ਰਿਹਾ। ਹਾਲ ਤੱਕ ਕਿਉਂਕਿ ਜਿਹੜਾ ਤਕਰੀਬਨ ਇੱਥੇ ਦੋ ਦੋ ਇੰਚੀ ਬਰਥੀ ਜਿਹੜੀ ਇੰਝ ਕਰਕੇ ਸਾਰੀ ਹੋਰ ਆਉਣੀਆਂ ਨਾ ਅਤੇ ਇੱਟਾਂ ਜਿਹੜੀਆਂ ਇੰਨੀਆਂ ਇੰਨੀਆਂ ਜਿਹੜਾ ਵੱਜ ਜਾਣੀਆਂ ਨੇ। ਔਰ ਆਸਤਾ ਆਸਤਾ ਜਿਹੜਾ ਜਿਵੇਂ ਕਿ ਪਹਿਲੇ ਇੱਕ ਬਣਿਆ ਫਿਰ ਦੋ ਫਿਰ ਤਿੰਨ, ਹੁਣ ਚਾਰ ਖੱਡੇ ਜਿਹੜਾ ਬਣ ਗਏ ਨੇ ਮੁਕੰਮਲ। ਔਰ ਜਿਸ ਟਾਈਮ ਦੋ ਖੱਡੇ ਰਹਿ ਗਏ ਨੇ ਅਨਾਰ ਦਾ ਅਤੇ ਤੂਤ ਦਾ, ਇਹ ਵਾਲੇ ਬਣਾ ਕੇ ਬਰਥੀ ਵਗੈਰਾ ਮੁਕੰਮਲ ਕਰਕੇ ਤੱਲਾ ਜਿਹੜਾ ਇਹ ਸਾਰਾ ਲੱਗ ਜਾਵੇਗਾ। ਤੱਲਾ ਲੱਗਣ ਤੋਂ ਬਾਅਦ ਜਿਹੜੇ ਸਾਰੀ ਜਗ੍ਹਾ ਜਿਹੜੀਆਂ ਸਬਜ਼ ਹੋਵੇਗੀ ਔਰ ਇਹ ਵਾਲੇ ਜਿਹੜੇ ਖੱਡੇ ਵਗੈਰਾ ਜਿਹੜੇ ਇੱਟਾਂ ਵਾਲੇ ਹੋਣਗੇ ਨਾ, ਜਿਸ ਟਾਈਮ ਤੱਲਾ ਜਿਹੜਾ ਫੁੱਟਣਾ ਨਾ ਉਸ ਟਾਈਮ ਇਹਨਾਂ ਇੱਟਾਂ ਵਾਲੇ ਖੱਡਿਆਂ ਨੇ ਜਿਹੜਾ ਜ਼ਿਆਦਾ ਖੂਬਸੂਰਤ ਹੋਣਾ। ਚੱਲਿਆਂ ਚੱਲ ਕੇ ਸਭ ਤੋਂ ਪਹਿਲੇ ਜਿਹੜੇ ਸਬਜ਼ੀ ਲੈਣ ਨੂੰ ਚੱਲ ਕੇ ਦੇਖਦੇ ਹਾਂ ਜਿਹੜੀ ਫਰੈਸ਼ ਸਬਜ਼ੀ ਪਈ ਹੋਈ ਉਹ ਲੈ ਕੇ ਆਵਾਂਗੇ। ਹਾਂਜੀ ਅਤੇ ਸਬਜ਼ੀ ਲੈ ਕੇ ਮੈਂ ਵੀ ਘਰ ਵਾਪਸ ਆ ਗਿਆ ਔਰ ਮੈਂ ਸਬਜ਼ੀ ਲੈਣ ਦੀ ਹੈ ਦੇਸੀ ਤੋਰੀਆਂ ਔਰ ਪਿਆਜ਼ ਜਿਹੜਾ ਬਿਲਕੁਲ ਛੋਟੇ ਛੋਟੇ ਜਿਹੜਾ ਮਿਲੇ ਨੇ 50 ਰੁਪਏ ਦੇ ਪਿਆਜ਼ ਲੈਣੇ ਔਰ ਬਾਕੀ ਜਿਹੜੀਆਂ 100 ਰੁਪਏ ਦੀ ਜਿਹੜੀਆਂ ਤੋਰੀਆਂ ਲਈਆਂ ਨੇ।
ਔਰ ਟਮਾਟਰ ਤੇ ਜਿਹੜਾ ਸਾਲਾ ਨੇ ਜਿਹੜਾ ਪਾਉਂਦੇ ਕੋਈ ਨੀ ਮੇਰੀ ਵਜ੍ਹਾ ਤੋਂ, ਕਿਉਂਕਿ ਡਾਕਟਰਾਂ ਨੇ ਜਿਹੜੇ ਟਮਾਟਰ ਜਿਹੜੇ ਰੋਕੇ ਹੋਏ ਨੇ, ਇਸ ਕਰਕੇ ਟਮਾਟਰ ਲਿਆਂਦੇ ਕੋਈ ਨੀ ਤੇ ਅਦਰਕ ਮਿਰਚਾਂ ਜਿਹੜੀਆਂ ਪਹਿਲੇ ਦੀ ਪਈਆਂ ਹੋਈਆਂ ਨੇ। ਚਲੋ ਠੀਕ ਹੋ ਗਿਆ, ਹੋਰ ਮੈਂ ਉਹ ਖੱਡਾ ਜਿਹੜਾ ਨਾ ਇੱਕੋ ਜਿਹਾ ਕਰ ਲਵਾਂ, ਉਹ ਜਿੱਥੋਂ ਮਿੱਟੀ ਜਿਹੜੀ ਨੇ ਚਾਹੀਏ ਨਾ। ਹੈ ਚਲੋ ਕਰਨੇ ਆ ਨੇ, ਐਵੇਂ ਬੇਗਮ ਕਹਿ ਰਹੀ ਹੈ ਕਿ ਇੱਥੋਂ ਜਿਹੜਾ ਮਿੱਟੀ ਥੋੜ੍ਹੀ ਜਿਹੀ ਜਿਹੜੀ ਨਾ ਹੋਰ ਚਾਹ ਲਈਏ, ਚਾਹ ਕੇ ਜਿਹੜਾ ਇਸ ਸਾਈਡ 'ਤੇ ਆ ਨੀਵੀਂ ਜਗ੍ਹਾ 'ਤੇ ਸੱਟ ਲਈਏ, ਅਤੇ ਇੱਥੇ ਜਿਹੜਾ ਨਾ ਉਹ ਵਾਲੀ ਰੇਤ ਜਿਹੜੀ ਪਈ ਹੋਈ ਹੈ ਨਾ ਇਹ ਚਾਹ ਕੇ ਖੱਡੇ ਦੇ ਵਿੱਚ ਸਿੱਟ ਦੇਵਾਂਗੇ, ਅਤੇ ਐਵੇਂ ਹੀ ਕਰਨੇ ਆ, ਐਵੇਂ ਹੀ ਕਰ ਲੈਂਦੇ ਹਾਂ। ਉੱਥੋਂ ਜਿਹੜਾ ਖੱਡੇ 'ਚ ਮਿੱਟੀ ਥੋੜ੍ਹ ਚਾਹ ਲੈਂਦੇ ਹਾਂ, ਚਾਹ ਕੇ ਇੱਧਰ ਜਿਹੜਾ ਸਿੱਟ ਲੈਂਦੇ ਹਾਂ, ਅਤੇ ਉੱਥੇ ਜਿਹੜਾ ਆਪਾਂ ਇਹ ਵਾਲੀ ਜਿਹੜਾ ਰੇਤ ਵਗੈਰਾ ਕਚਰਾ ਵਗੈਰਾ ਜਿਹੜਾ ਪਿਆ ਸਾਰਾ ਜਿਹੜਾ ਉੱਥੇ ਉਹ ਖੱਡੇ ਦੇ ਵਿੱਚ ਜਿਹੜਾ ਸਿੱਟ ਦੇਵਾਂਗੇ, ਕਿਉਂਕਿ ਉੱਥੇ ਤੰਦੂਰਾਂ ਦੇ ਟੋਏ ਵਗੈਰਾ 'ਤੇ ਜਿਹੜਾ ਬਣਾਉਣੇ ਕੋਈ ਨਹੀਂ ਨੇ, ਵੀ ਜਿਹੜੀ ਸਾਫ ਮਿੱਟੀ ਰੱਖੀਏ ਇਹ ਵਾਲੀ ਜਿਹੜਾ ਸਾਰਾ ਜਿਹੜਾ ਉੱਥੇ, ਇੱਕ ਤਾਂ ਜਿਹੜਾ ਨੇਰੀ ਵਗੈਰਾ ਆਵੇਗੀ ਨਾਲ ਜਿਹੜਾ ਉੱਡੇਗੀ ਇਹ ਰੇਤ ਵਗੈਰਾ, ਇਹ ਸਾਰੀ ਜਿਹੜੀ ਇੱਥੇ ਜਿਹੜਾ ਕੁੰਜੀ ਜਾਵੇਗੀ। ਚਲੋ ਔਰ ਬਾਕੀ ਜਿਹੜਾ ਆਸਤਾ ਆਸਤਾ ਜਿਹੜਾ ਸੈਟਿੰਗ ਹੁੰਦੀ ਜਾਂਦੀ ਨਾ ਗਾਰਡਨ ਦੀ ਵੀ, ਅਤੇ ਆਸਤਾ ਆਸਤਾ ਜਿਹੜਾ ਖੂਬਸੂਰਤੀ ਜਿਹੜਾ ਵਧਦੀ ਜਾਂਦੀ ਆ, ਬਸ ਮੁਕੰਮਲ ਜਿਹੜਾ ਹੋ ਲਵੇ ਸਾਰਾ ਘਰ ਵਗੈਰਾ ਜਿਹੜਾ ਸਾਫ਼ ਸਫਾਈ ਮੁਕੰਮਲ ਹੋ ਰਵੇ, ਅਤੇ ਇਨਸ਼ਾਅੱਲਾ ਫਿਰ ਜਿਹੜਾ ਦੇਖਣ ਦਾ ਹੋਵੇਗਾ। ਔਰ ਮੈਂ ਵੀ ਖੱਡੇ 'ਚ ਮਿੱਟੀ ਜਿਹੀ ਨਾ ਕੱਢ ਲਈ ਆ, ਇੱਥੇ ਜੀ ਪੂਰੀ ਆ ਗਈ, ਬਾਕੀ ਜੀ ਇੱਥੇ ਜਵਾਨ ਦੇ ਨਾਲ ਲਾ ਦਿੱਤਾ। ਕਿਉਂਕਿ ਵੈਸੇ ਜੇ ਆਪਾਂ ਨੇ ਰੇਤ ਰੱਖਣ ਦੀ ਤਾਂ ਹੀ ਕੋਈ ਨੀ, ਸਾਰੀ ਕਚਰੇ ਵਾਲੀ ਹੈ। ਖੱਡੇ 'ਚ ਆ ਗਈ ਪੂਰੀ, ਬਾਕੀ ਲਾਂਗੇ ਸਿੱਟ ਮਿਹਨਤ ਹੈ ਪੂਰੀ ਵੀ ਆ ਜਾਵੇਗੀ ਸ਼ਾਇਦ। ਰੇਹੜੀ ਤੁੰਦੀ ਤਾਂ ਤਿੰਨ ਚਾਰ ਰੇਹੜੀਆਂ ਹੀ ਬਣੀਆਂ ਸਿਰੇ।
ਥੋੜਾ ਪੂਰ ਲਵਾਂ। ਹਾਂਜੀ ਤੇ ਸਾਰਾ ਰੇਤਾ ਜਿਹੜਾ ਢੋ ਕੇ ਔਰ ਖੱਡੇ ਦੇ ਵਿੱਚ ਜਿਹੜਾ ਪਾਤਾ ਔਰ ਇਹ ਸਨ ਵਿੱਚ ਹੁਣ ਸਾਫ਼ ਹੋ ਗਿਆ ਔਰ ਇਹਦਲਾ ਸਨ ਵੀ ਜਿਹੜਾ ਸਾਰਾ ਸਾਫ਼ ਸੁਥਰਾ ਹੋ ਗਿਆ ਔਰ ਬੇਗਮ ਵੀ ਜਿਹੜਾ ਬਣਾ ਰਹੀ ਆ ਸਬਜ਼ੀ ਸਬਜ਼ੀ ਜਿਹੜਾ ਬਣਾ ਲੈਂਦੀਆਂ ਨਾ ਔਰ ਟਾਈਮ ਨਾਲ ਰੋਟੀ ਸਾਲਨ ਜਿਹੜਾ ਬਣ ਜਾਵੇ। ਮੈਂ ਫਿਲਹਾਲ ਜਿਹੜਾ ਰੈਸਟ ਕਰਨਾ, ਕੰਮ ਵਗੈਰਾ ਜਿਹੜਾ ਬਿਲਕੁਲ ਜਿਹੜਾ ਹੋਰ ਨਹੀਂ ਹੁੰਦਾ। ਉਹਦੀ ਸਬਜ਼ੀ ਬਣ ਰਹੀ ਦੇਸੀ ਤੋਰੀਆਂ, ਮਾਸ਼ਾਅੱਲਾ ਜਲਦੀ ਬਣ ਜਾਸੀ, ਬਹੁਤ ਬਹੁਤ ਜ਼ਿਆਦਾ ਜਿਹੜਾ ਲੱਗੀ ਖੜੀ। ਹਾਂਜੀ ਤੇ ਸਾਡੇ ਵਾਲੀ ਜਿਹੜਾ ਮਾਸ਼ਾਅੱਲਾ ਜਿਹੜਾ ਆ ਗਏ ਨੇ ਮਹਿਮਾਨ ਔਰ ਜਾਂ ਫਿਰ ਬੈਠ ਜਿਹੜਾ ਮੇਰੇ ਕੋਲ ਜਿਹੜਾ ਪਹਿਲੇ ਦੇ ਜਿਹੜਾ ਬੈਠਾ ਹੋਇਆ ਸਿਸਟਰ ਔਰ ਜਿਹੜਾ ਹੁਣ ਪਹੁੰਚਣ, ਕਿਉਂਕਿ ਜਿਹੜਾ ਤੋਰ ਕੇ ਜਿਹੜਾ ਫਸਲਾਂ ਨੂੰ ਜਿਹੜਾ ਆਏ ਨੇ ਤੇ ਬਾਈ ਔਰ ਜਿਹੜਾ ਆ ਗਏ ਨੇ ਮੋਟਰਸਾਈਕਲ ਤੇ ਨਾਲ। ਅੰਮੀ ਵੀ ਆਏ ਨਾ, ਮੇਰੀ ਅੰਮੀ ਵੀ ਆਏ, ਉਹਨੂੰ ਜਿਹੜਾ ਨੂੰ ਤੇ ਨਾਲ ਦੇ ਸਾਥ ਉਹਨੂੰ ਮਿਲ ਗਿਆ ਤੇ ਉਹਨੂੰ ਮੈਂ ਪਰ ਅੱਜ ਆ ਗਿਆ ਠੀਕ ਹੋ ਗਿਆ ਕਿ ਮਗਾ ਜਾਂ ਜਰਾ ਤੋਂ ਨੇ ਸਾਡੇ ਲਈ ਨਹੀਂ ਆ। ਨਹੀਂ ਨਹੀਂ, ਬੜੀ ਮਿਹਰਬਾਨੀ। ਹਾਂਜੀ ਬੜੀ ਮਿਹਰਬਾਨੀ। ਵੈਸੇ ਮੈਨੂੰ ਇਤਲਾਹ ਜੀ ਨਾ ਮਿਲੀ ਹੈ ਤੁਹਾਡੀ? ਮੈਂ ਕਿ ਸ਼ਾਇਦ ਹੋ ਸਕਦਾ ਪਿੱਛੇ ਕੰਮ ਬੈਕਗ੍ਰਾਉਂਡ ਟਾਈਮ ਕਿੱਥੇ ਗਿਆ ਖਰਾਬ ਹੋ ਗਿਆ, ਕਿਉਂਕਿ ਬਾਈ ਹੋਰ ਜਿਹੜਾ ਫੌਤਕੀ ਹੋ ਗਿਆ ਘਰ ਵੀ ਜਾ ਪਿੰਡ ਉਧਰ ਜਿਹੜਾ ਆਇਆ ਸੀ ਅੱਧਾ ਅੱਧਾ ਮਿੰਟ ਬੰਦਿਆ ਬੰਦਿਆ ਜਿਹੜਾ ਨਾ ਤਾਂ ਕੰਮ ਕਰਨ ਦੇ ਨਾਲ ਲੱਗ ਜਾਂਦਾ। ਅਸਲਾਮ ਅਲੈਕੁਮ, ਅਸਲਾਮ ਅਲੈਕੁਮ ਸਰ, ਕੀ ਸਾਰਾ ਦਿਨ ਨਹੀਂ ਮੈਂ ਕਰੇ ਕੰਮ ਹੋ ਗਿਆ ਚਲੋ ਠੀਕ ਹੈ, ਲਾ ਖੈਰੀਅਤ ਨਾਲ ਲੈ ਜਾਵੇ ਤੁਹਾਨੂੰ ਤੇ ਟਾਈਮ ਨਾਲ ਜਾਓ, ਸ਼ਾਮ ਹੋਣ ਵਾਲੀ ਆ, ਹਨੇਰਾ ਤੋਂ ਜਾਣਾ ਦੌੜ ਜਾਂਦੇ ਜਾਂਦੇ ਸੀ। ਤੁਸੀਂ ਵੀ ਜਾਂਦੇ ਨੇ? ਅਸੀਂ ਹੁਣ ਐਵੇਂ ਹੀ ਆ, ਇੱਕ ਵਾਰੀ ਰੌਣਕ ਲੱਗੀ, ਇੱਕ ਵਾਰੀ ਸਾਰੇ ਜਾਂਦੇ ਪਏ ਨੇ। ਇਸ ਤਰ੍ਹਾਂ ਤੁਸੀਂ ਹੁਣ ਜਿਹੜਾ ਨਾ ਖਾਣਾ, ਅੱਛਾ ਅੱਛਾ ਪਕਾਓ, ਅਸੀਂ ਜਾ ਖਾਣਾ ਪਕਾਣਾ। ਚਲੋ ਠੀਕ ਹੋ, ਇਨਸ਼ਾਅੱਲਾ ਕੰਮ ਵੇਣੇ ਹੁੰਦੇ ਆੜੀ, ਰਾਤ ਨੂੰ ਆਵਾਂਗੇ, ਵਿਹਲੇ ਹੋ ਕੇ ਇੱਕ ਘੰਟਾ ਤੁਹਾਨੂੰ ਦੇਵਾਂਗੇ। ਚਲੋ ਠੀਕ ਹੋ, ਸਾਰਾ ਦਿਨ ਤੁਸੀਂ ਨਾ, ਬੜੀ ਮਿਹਰਬਾਨੀ। ਹਾਂ ਮੈਂ ਸਮੋ ਲਾ ਜਾਈਆਂ ਦਾਦੇ ਟਾਈਮ। ਚਲੋ ਇਨਸ਼ਾਅੱਲਾ ਕਰਦੇ ਹਾਂ, ਪਸੰਦ ਆਈ ਸਾਨੂੰ ਬਹੁਤ ਜ਼ਿਆਦਾ, ਮਾਸ਼ਾਅੱਲਾ ਹੈ ਛੋਟਾ ਵੀਰ। ਹਾਂਜੀ ਤੇ ਮਹਿਮਾਨ ਚਲੇ ਗਏ ਔਰ ਬੇਗਮ ਵੀ ਜਿਹੜਾ ਸਾਲਨ ਜਿਹੜਾ ਬਣਾ ਰਹੀ ਆ ਹੁਣ ਔਰ ਬਸ ਸਾਲਣ ਇਸ ਇੰਨੀ ਜ਼ਿਆਦਾ ਜਿਹੜੀ ਦੇਰ ਕੋਈ ਨਹੀਂ ਲੱਗਦੀ ਆ, 15-20 ਮਿੰਟ ਜਿਹੜਾ ਸਾਲਣ ਵਾਲਾ ਤਿਆਰ ਹੋ ਜਾਂਦਾ, ਕਿਉਂਕਿ ਸਿਰਫ ਜਿਹੜਾ ਗੁੰਨਣਾ ਹੀ ਹੁੰਦਾ ਇਹਨਾਂ ਤੋਰੀਆਂ ਨੂੰ। ਹਾਂਜੀ ਨਾਲ ਰੋਟੀ ਤਿਆਰ ਹੋ ਗਿਆ, ਸਿਆ ਜੇ ਵੇਲੇ ਨਾਲ ਸਾਲਣ ਤਿਆਰ ਹੋ ਗਿਆ ਸੀ। ਮਹਿਮਾਨ ਆ ਕੇ ਫਿਰ ਉਹਨਾਂ ਦਾ 10-15 ਮਿੰਟ ਬੈਠੇ ਨੇ, ਇਸ ਪਰ ਮੈਂ ਕੋਈ ਰੋਟੀ ਸਾਲਣ ਬਣਾ ਲਈ। ਜੇ ਰੋਟੀ ਸਾਲਣ ਬਣਾਉਂਦੀ ਨਾ ਫਿਰ ਉਹਨਾਂ ਕੋਲ ਕੋਈ ਨਹੀਂ ਬਿਠੀਣਾ ਸੀ, ਸਿਰ ਤੇ ਨਾ ਸਫਰ ਕਰਕੇ। ਹਾਂ ਤੇ ਮੈਂ ਕੋਈ ਸਾਲਣ ਹੀ ਬਣਾ ਲਈ ਦੇ ਨਾਲ ਜਿਹੜੇ ਇਧਰਲੇ ਆਸ ਪਾਸ। ਔਰ ਜੀ ਅੱਜ ਦੇ ਵਾਲਾ ਵਲੌਗ ਵੀ ਕਰ ਰਹੇ ਹਾਂ ਇੱਥੇ ਖਤਮ। ਇਨਸ਼ਾਅੱਲਾ ਮਿਲਨੇ ਐਕਸ ਨੈਕਸ ਅੱਛੇ ਤੋਂ ਅੱਛੇ ਵਲੌਗ ਦੇ ਵਿੱਚ। ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਨਾਲ ਦੇ ਇਜਾਜ਼ਤ। ਅੱਲਾ ਹਾਫਿਜ਼।